ਇੱਕ ਸਵਾਲ ਸੀਗਾ ਜੀ ਮੇਰਾ, ਉਹ ਇਹ ਟਕਸਾਲੀਆਂ ਲਈ ਵੀ ਆ ਅਤੇ ਸਾਡੇ ਜਾਗਰੂਕਾਂ ਲਈ ਵੀ ਆ। ਠੀਕ ਹੈ, ਉਹਨਾਂ ਨੂੰ ਬੇਨਤੀ ਆ ਵੀ ਅਸੀਂ 4 ਘੰਟੇ ਹੋਣਾ ਆ, ਜੇ ਤੁਸੀਂ ਉਹ ਸਵਾਲ ਦੇ ਬਾਰੇ ਸਾਨੂੰ ਦੱਸ ਸਕੋ, ਕੋਈ ਜਵਾਬ ਦੇ ਸਕੋ, ਤੁਹਾਡੇ ਕੋਲ ਤੁਹਾਡਾ ਕੋਈ ਓਪੀਨੀਅਨ ਹੋਵੇ, ਬਿਲਕੁਲ ਠੀਕ ਆ, ਅਤੇ ਉਹ ਬੜੀ ਖੁਸ਼ੀ ਹੋਗੀ ਸਾਨੂੰ। ਠੀਕ ਹੈ, ਸਵਾਲ ਇਹ ਆ ਭਾਈ, ਸਾਡੇ ਵਿਦਵਾਨ ਇਹ ਕਹਿੰਦੇ ਆ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਆ ਰਾਈਟ, ਉਹ ਜਿਸ ਲਿਪੀ ਵਿੱਚ ਲਿਖਿਆ ਗਿਆ, ਗੁਰਮੁਖੀ ਲਿਪੀ ਜਿਹਨੂੰ ਕਹਿੰਦੇ ਆ, ਹੈਨਾ, ਵੀ ਉਹ ਦੂਜੇ ਪਾਤਸ਼ਾਹ ਨੇ ਤਿਆਰ ਕੀਤੀ ਆ। ਠੀਕ ਹੈ, ਠੀਕ ਹੈ ਜੀ, ਉਰਾੜਾ ਜਿਹੜਾ ਆ ਵੀ ਪੰਜਾਬੀ ਬੋਲੀ ਪਹਿਲਾਂ ਜਾਂਦੀ ਸੀ ਰਾਈਟ, ਪਰ ਲਿਖਣ ਨੂੰ ਜਿੱਦਾਂ ਲੰਡੇ ਹੋਰ ਕਿਸੇ ਜਿਹੜੇ ਕੋਈ ਅਲਫਾਬੈਟ ਹੋਰ ਤਰ੍ਹਾਂ ਸੀਗੇ, ਵੀ ਜਿਹੜੇ ਊੜਾ ਐੜਾ ਆ ਇਹ ਉਹਦਾ ਵਿਕਾਸ ਜਿਹੜਾ ਆ, ਉਹ ਜਿਹੜੀਆਂ ਪੈਰ ਚ ਬਿੰਦੀਆਂ ਆ ਉਹ ਬਾਅਦ ਵਿੱਚ ਆਈਆਂ ਬਹੁਤ, ਠੀਕ ਆ, ਵੀ ਹੁਣ ਉਸ ਵੇਲੇ ਟੈਂਕਾ ਜਿਹੜਾ ਆ ਉਹਨੂੰ ਟੈਂਕਾ ਨਹੀਂ ਸੀ ਕਿਹਾ ਜਾਂਦਾ, ਹੈਨਾ, ਵੀ ਅੰਗਰੇਜ਼ਾਂ ਦੇ ਵਿਦਵਾਨ ਇਹੀ ਕਹਿੰਦੇ ਆ ਵੀ ਜਦੋਂ ਅੰਗਰੇਜ਼ ਗਏ ਆ ਉਹਨਾਂ ਨੇ ਜਦੋਂ ਗ੍ਰੈਮਰ ਲਿਖੀ ਆ ਉਦੋਂ ਕਈ ਤਬਦੀਲੀਆਂ ਜਿਹੜੀਆਂ ਉਹ ਆਈਆਂ, ਜਿਹੜੀ ਹੁਣ ਦੀ ਪੰਜਾਬੀ ਆ ਉਹ ਗੁਰੂ ਗ੍ਰੰਥ ਸਾਹਿਬ ਨਾਲੋਂ ਵੱਖਰੀ ਆ, ਉਹਦਾ ਕਾਰਨ ਇਹ ਆ ਠੀਕ ਹੈ ਵੀ ਜਦੋਂ ਉਹਨੇ ਗ੍ਰੈਮਰ ਲਿਖਾਈ ਆ ਉਦੋਂ ਇਸ ਤਰ੍ਹਾਂ ਦਾ ਰੂਪ ਆਇਆ। ਹੁਣ ਸਾਡੇ ਵਿਦਵਾਨ ਕਹਿੰਦੇ ਵੀ ਦੂਜੇ ਪਾਤਸ਼ਾਹ ਨੇ, ਗੁਰੂ ਅੰਗਦ ਦੇਵ ਜੀ ਨੇ ਲਿਖੀ ਆ ਇਹ ਗੁਰਮੁਖੀ ਲਿਪੀ ਜਿਹੜੀ ਆ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਜਿਹੜੀ ਗੁਰੂ ਨਾਨਕ ਦੇਵ ਜੀ ਦੀ ਲਿਖੀ ਹੋਈ ਬਾਣੀ ਸੀ ਠੀਕ ਹੈ, ਉਹ ਕਿਹੜੀ ਲਿਪੀ ਵਿੱਚ ਸੀ ਰਾਈਟ, ਠੀਕ ਹੈ ਜੀ, ਠੀਕ ਹੈ, ਉਹ ਤੋਂ ਪਹਿਲਾਂ ਉਹਨਾਂ ਤੋਂ 200, 300, 400 ਕੀ ਪਤਾ 500 ਸਾਲ ਦਾ ਵੀ ਫਰਕ ਆ ਭਗਤਾਂ ਦਾ, ਭਗਤ ਰਾਮਦੇਵ ਜੀ ਦਾ, ਕਬੀਰ ਜੀ ਦਾ, ਭਗਤ ਰਵਿਦਾਸ ਜੀ ਦਾ, ਜਿਹੜੀ ਜਿਹੜੀ ਉਹਨਾਂ ਦੀ ਰਚਨਾ ਸੀ ਜਿਹੜੀ ਅਸੀਂ ਕਹਿੰਦੇ ਗੁਰੂ ਨਾਨਕ ਦੇਵ ਜੀ ਨੇ ਇਕੱਤਰ ਕੀਤੀ ਆ, ਉਹ ਕਿਹੜੇ ਕਿਹੜੀ ਲਿਪੀ ਵਿੱਚ ਸੀ, ਕਿਸ ਰੂਪ ਵਿੱਚ ਸੀ, ਠੀਕ ਆ। ਹੁਣ ਜਿਹੜੀ ਭਗਤ ਰਾਮਦੇਵ ਜੀ ਦੀ ਹੈਗੀ ਆ ਰਚਨਾ ਤੁਸੀਂ ਪੜ੍ਹਦੇ ਆ, ਹੁਣ ਤੁਸੀਂ ਦੇਖੋ ਵੀ ਪਾਂਡੇ ਤੁਮਰਾ ਰਾਮ ਚੰਦ ਵੋ ਵੀ ਆਵਤ ਦੇਖਿਆ ਥਾ, ਠੀਕ ਹੈ, ਹੁਣ ਇਹ ਪੰਜਾਬੀ ਤਾਂ ਹੈ ਨੀ, ਇਹ ਨਹੀਂ ਨਹੀਂ ਠੀਕ ਹੈ, ਠੀਕ ਹੈ ਨਾ, ਰਾਵਣ ਸੇਤੀ ਸਰਵਰ ਹੋਈ ਘਰ ਕੀ ਜੋਏ ਗਵਾਈ ਥੀ, ਰਾਈਟ, ਠੀਕ ਹੈ। ਹੁਣ ਇਹ ਇਹ ਭਾਸ਼ਾ ਵੀ ਇਹ ਤਾਂ ਹਿੰਦੀ ਦੇ ਨੇੜੇ ਦੀ ਆ ਰਾਈਟ, ਤੇ ਓਬਵੀਅਸ ਆ ਲਿਪੀ ਵੀ ਕੋਈ ਹੋਰ ਹੋਊਗੀ ਇਹ, ਠੀਕ ਹੈ, ਠੀਕ ਹੈ ਜੀ। ਹੁਣ ਜਿਹੜੇ ਗੁਰੂ ਨਾਨਕ ਦੂਜੇ ਪਾਤਸ਼ਾਹ ਤੋਂ ਪਹਿਲਾਂ ਦੀਆਂ ਰਚਨਾਵਾਂ ਆ ਉਹਦੀ ਲਿਪੀ ਕਿਹੜੀ ਸੀ ਰਾਈਟ, ਤੇ ਉਹਨੂੰ ਗੁਰਮੁਖੀ ਲਿਪੀ ਵਿੱਚ ਕਿਹਨੇ ਕੀਤਾ, ਠੀਕ ਹੈ, ਕਿਸੇ ਨਾ ਕਿਸੇ ਨੇ ਤਾਂ ਟੱਚ ਦਿੱਤਾ ਨਾ ਉਹਨੂੰ ਰਾਈਟ, ਹੈਨਾ। ਹੁਣ ਜਦੋਂ ਭਗਤ ਨਾਮਦੇਵ ਜੀ ਦੀ ਰਚਨਾ ਉਹਨਾਂ ਦੇ ਓਰਿਜਨ ਵਿੱਚ ਜਿੱਦਾਂ ਸੀ, ਉੱਥੇ ਇੱਦਾਂ ਥੋੜਾ ਲਿਖਿਆ ਹੋਊਗਾ ਵੀ ਆਸਾ ਰਾਗ ਆਸਾ ਬਾਣੀ ਭਗਤ ਨਾਮਦੇਵ ਜੀ ਕੀ, ਨਹੀਂ ਨਹੀਂ ਨਹੀਂ, ਕਿਸੇ ਨਾ ਕਿਸੇ ਨੇ ਐਡ ਕੀਤਾ ਟਾਈਟਲ ਦਿੱਤਾ, ਲਿਖਿਆ ਠੀਕ ਹੈ, ਹਾਂ ਟਾਈਟਲ ਵੀ ਦਿੱਤਾ ਰਾਈਟ, ਪਰ ਹਾਊ ਵੀ ਕੀ ਪਤਾ ਉਸ ਵੇਲੇ ਨਾ ਹੋਵੇ ਰਾਈਟ, ਨੰਬਰਿੰਗ ਵੀ ਇਦਾਂ ਦੀ ਨਾ ਹੋਵੇ ਜਿੱਦਾਂ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਠੀਕ ਹੈ ਠੀਕ ਹੈ ਠੀਕ। ਹੁਣ ਆਸਾ ਰਾਗ ਦੇ ਵਿੱਚ ਜੇ ਜੇ ਮੰਨ ਲਓ 50 ਸ਼ਬਦ ਗੁਰੂ ਨਾਨਕ ਦੇਵ ਜੀ ਦੇ ਆ, ਗੁਰੂ ਅੰਗਦ ਦੇਵ ਜੀ ਦੇ ਆ, ਅਮਰਦਾਸ ਜੀ ਦੇ ਆ, ਗੁਰੂ ਰਾਮਦਾਸ ਜੀ ਦੇ ਆ, ਇੱਦਾਂ ਉਹ ਤੋਂ ਬਾਅਦ ਭਗਤਾਂ ਦੇ ਆ, ਉਹਦੀ ਨੰਬਰਿੰਗ ਜਿਹੜੀ ਆ ਟੋਟਲ ਸ਼ਬਦਾਂ ਦਾ ਜੋੜ ਆ ਰਿਹਾ, ਹੈਨਾ, ਉਹ ਵੀ ਕਿਸੇ ਨੇ ਦਿੱਤੀ ਆ, ਠੀਕ ਹੈ। ਹੁਣ ਉਹ ਜਿਹੜੀ ਲਿਪੀ ਹੋਈ ਆ ਉਹ ਚੇਂਜ ਹੋਈ ਆ, ਫਿਰ ਜਿਹੜੀ ਭਾਸ਼ਾ ਹਿੰਦੀ ਤੋਂ ਲਿਪੀ ਚੇਂਜ ਹੋਈ ਆ ਉਹ ਹੋਈ ਆ, ਉਹ ਕਿਹਨੇ ਕੀਤੀ ਆ,
ਹੁਣ ਓਬਵੀਅਸ ਆ ਭਈ ਅਸੀਂ ਇਹ ਇਹ ਇੱਕ ਸੈਕਿੰਡ ਲਈ ਮੰਨ ਲਈਏ ਕਿਉਂਕਿ ਕੋਈ ਵਿਚਾਰ ਕਰੇ ਸਾਡੇ ਨਾਲ ਫਿਰ ਠੀਕ ਗਿਆ ਹਨਾ। ਹੁਣ ਇਸ ਵੇਲੇ ਕੋਈ ਹੈ ਨਹੀਂ, ਅਸੀਂ ਅਜ਼ਿਊਮ ਕਰ ਲੈਂਦੇ ਹਾਂ ਵੀ ਪੰਜਵੇਂ ਪਾਤਸ਼ਾਹ ਨੇ ਸੰਪਾਦਨਾ ਕੀਤੀ ਆ। ਇਹ ਇਹ ਵੀ ਹੋ ਸਕਦਾ ਵੀ ਪਹਿਲੇ ਪਾਤਸ਼ਾਹ ਨੇ ਉਹ ਟੱਚ ਦੇ ਦਿੱਤਾ ਹੋਵੇ, ਇਹ ਹੋ ਸਕਦਾ ਵੀ ਦੂਜੇ ਪਾਤਸ਼ਾਹ ਨੇ ਜਦੋਂ ਗੁਰਮੁਖੀ ਲਿਪੀ ਲਿਖੀ ਆ ਉਹਨਾਂ ਕੋਲ ਜਿੰਨੀ ਰਚਨਾ ਆਈ ਉਹ ਸੀ ਉਹਨੇ ਸਾਰੀ ਦੀ ਸਾਰੀ ਨੂੰ ਗੁਰਮੁਖੀ ਵਿੱਚ ਕਰ ਦਿੱਤਾ ਹੋਵੇ, ਨਾਲ ਆਪਣੀ ਰਚਨਾ ਜੋੜ ਦਿੱਤੀ ਹੋਵੇ, ਉਹ ਤੀਜੇ ਪਾਤਸ਼ਾਹ ਨੂੰ ਸੰਭਾਲ ਗਿਆ ਹੋਣ। ਇੱਦਾਂ ਹੀ ਤੀਜੇ ਪਾਤਸ਼ਾਹ ਨੇ ਆਪਣੀ ਜਿਹੜੀ ਆ ਰਚਨਾ ਉਹ ਸਾਰੀ ਦੀ ਸਾਰੀ ਗੁਰਮੁਖੀ ਲਿਪੀ ਵਿੱਚ ਲਿਖ ਦਿੱਤੀ, ਜਾਂ ਥੋੜਾ ਬਹੁਤਾ ਟਾਸਕ ਜਿਹੜਾ ਦੂਜੇ ਪਾਤਸ਼ਾਹ ਦੇ ਕੇ ਗਏ ਹੋਣ ਉਹਨਾਂ ਨੂੰ ਭਾਈ ਆ ਕਬੀਰ ਜੀ ਦੀ ਰਚਨਾ ਰਹਿੰਦੀ ਆ ਜਾਂ ਇੰਨੀ, ਹਨਾ, ਉਹ ਹੋ ਗਿਆ ਹੋਵੇ। ਠੀਕ ਹੈ, ਉਹ ਤੋਂ ਬਾਅਦ ਚੌਥੇ ਪਾਤਸ਼ਾਹ ਹੋ ਗਏ ਤੇ ਪੰਜਵੇਂ ਪਾਤਸ਼ਾਹ ਨੇ ਆਪਣੀ ਲਿਖ ਦਿੱਤੀ, ਬਾਕੀ ਉਹਨਾਂ ਕੋਲ ਪਹੁੰਚ ਗਈ, ਉਹਨੇ ਉੱਦਾਂ ਹੀ ਚਾੜ ਦਿੱਤੀ, ਜਾਂ ਸਾਰੀ ਦੀ ਸਾਰੀ ਪਈ ਸੀ ਉਹ। ਪੰਜਵੇਂ ਪਾਤਸ਼ਾਹ ਨੇ ਸੋਚਿਆ ਵੀ ਜਿਹੜੀ ਲਿਪੀ ਦੂਜੇ ਪਾਤਸ਼ਾਹ ਨੇ ਘੜੀ ਆ ਲਿਖੀ ਆ ਤੇ ਉਹਦੀ ਭਾਸ਼ਾ ਜਿਹੜੀ ਆ ਉਹ ਇਸ ਤਰੀਕੇ ਨਾਲ ਗ੍ਰੈਮਰ ਆ, ਏਦਾਂ ਸਿਹਾਰੀਆਂ ਵਿਹਾਰੀਆਂ ਲੱਗਣੀਆਂ ਆ। ਠੀਕ ਆ, ਹੁਣ ਉਹ ਉਹ ਜਿਹੜੇ ਗ੍ਰੈਮਰ ਦੇ ਨਿਯਮ ਜਿਹੜੇ ਗੁਰੂ ਨਾਨਕ ਦੇਵ ਜੀ ਦੇ ਟਾਈਮ ਆ 1469 ਤੋਂ 1539 ਤੱਕ, ਉਹੀ ਨੌਵੇਂ ਪਾਤਸ਼ਾਹ ਦੇ ਟਾਈਮ ਆ। ਠੀਕ ਹੈ, ਠੀਕ ਹੈ, ਉਹੀ ਉਹ ਤੋਂ 400-500 ਸਾਲ ਪਹਿਲਾਂ ਭਗਤ ਨਾਮਦੇਵ ਜੀ ਦੇ ਟਾਈਮ ਆ। ਠੀਕ ਹੈ, ਜਦਕਿ ਜਦਕਿ ਇੱਦਾਂ ਭਾਸ਼ਾ ਸਾਰਿਆਂ ਨੂੰ ਪਤਾ ਤੇ 15-20-30-50 ਕਿਲੋਮੀਟਰ ਤੋਂ ਬਾਅਦ ਵਧ ਜਾਂਦੀ ਆ, 40-50 ਸਮੇਂ ਸਾਲ ਦੇ ਸਮੇਂ ਤੋਂ ਬਾਅਦ ਵੀ ਉਹਦੇ ਵਿੱਚ ਕੋਈ ਨਾ ਕੋਈ ਫਰਕ ਪੈਂਦਾ ਆ। ਚਲੋ ਤੇ ਉਹ ਉਹ ਗੁਰੂ ਗ੍ਰੰਥ ਸਾਹਿਬ ਦੀ ਇਕਸਾਰਤਾ ਜਿਹੜੀ ਆ ਉਹ ਕਿਸੇ ਵੀ ਤਰ੍ਹਾਂ ਹੋਈ ਆ। ਠੀਕ ਹੈ, ਹਨਾ, ਤੇ ਜਿਨ ਵੀ ਕੀਤੀ ਆ, ਪਰ ਉਹਦੇ ਚ ਇੱਕ ਗੱਲ ਉਹ ਤੇ ਨਹੀਂ ਸਾਨੂੰ ਕੋਈ ਇਤਰਾਜ਼, ਇਹ ਤਾਂ ਮੈਂ ਵੈਸੇ ਡਿਟੇਲ ਦੇ ਦਿੱਤਾ ਨਾ, ਸਾਨੂੰ ਇਹ ਤੇ ਕੋਈ ਇਤਰਾਜ਼ ਨਹੀਂ। ਸਾਡਾ ਇਤਰਾਜ਼ ਇਸ ਗੱਲ ਤੇ ਆ ਵੀ ਜੇ ਭਗਤ ਨਾਮਦੇਵ ਜੀ ਦੀ, ਭਗਤ ਕਬੀਰ ਜੀ ਦੀ, ਭਗਤ ਰਵਿਦਾਸ ਜੀ ਦੀ ਰਚਨਾ ਜਿਹੜੀ ਕਿ ਕਿਸੇ ਹੋਰ ਲਿਪੀ ਵਿੱਚ ਆ, ਹੋਰ ਭਾਸ਼ਾ ਵਿੱਚ ਆ, ਉਹਨੂੰ ਗੁਰਮੁਖੀ ਵਿੱਚ ਕਰਨ ਤੋਂ ਬਾਅਦ ਫਿਰ ਵੀ ਉਹ ਰਚਨਾ ਉਹਨਾਂ ਦੀ ਹੀ ਰਹਿੰਦੀ ਆ। ਠੀਕ ਹੈ, ਠੀਕ ਹੈ, ਤੇ ਦਸਵੇਂ ਪਾਤਸ਼ਾਹ ਬਾਰੇ ਇਹ ਕਿੱਦਾਂ ਤੁਸੀਂ ਕਹੀ ਜਾਂਦੇ ਆ ਵੀ ਜਿਹੜੇ ਤ੍ਰਿਆ ਚਰਿੱਤਰ ਆ ਉਹ ਹਿੰਦੂ ਗ੍ਰੰਥਾਂ ਦਾ ਅਲੱਥਾ ਆ, ਜਾਂ ਰਾਮਾ ਅਵਤਾਰ ਜਿਹੜਾ ਰਮਾਇਣ ਦਾ ਅਲੱਥਾ ਆ, ਕ੍ਰਿਸ਼ਨਾ ਅਵਤਾਰ ਕਿਸੇ ਉਹਨਾਂ ਦੇ ਮਹਾਭਾਰਤ ਗ੍ਰੰਥ ਦਾ ਅਲੱਥਾ ਆ, ਤੇ ਉਹ ਅਲੱਥਾ ਕਰਨ ਤੋਂ ਬਾਅਦ ਉਹਦੇ ਤੋਂ ਉਹਦੇ ਲਿਖਣ ਵਾਲੇ ਦਾ ਨਾਂ ਵੀ ਮਿਟ ਗਿਆ। ਭਗਤ ਨਾਮਦੇਵ ਜੀ ਦੀ ਰਚਨਾ ਦੀ ਲਿਪੀ ਬਦਲਣ ਦੇ ਨਾਲ ਨਾਮਦੇਵ ਜੀ ਦਾ ਨਾਂ ਨਹੀਂ ਮਟਿਆ ਜਾ ਰਿਹਾ, ਸ਼ਬਦ ਦੇ ਵਿੱਚ ਵੀ ਪਿੱਛੇ ਉਹਦਾ ਨਾਂ ਆ ਰਿਹਾ, ਉੱਤੇ ਲਿਖਿਆ ਜਾ ਰਿਹਾ ਹੈ ਅਸਾ ਸ਼੍ਰੀ ਕਬੀਰ ਜੀ। ਉਹ ਠੀਕ ਹੈ, ਭਗਤ ਨਾਮਦੇਵ ਜੀ ਦੀ ਰਚਨਾ ਜਿਹੜੀ ਹੈ, ਭਗਤ ਨਾਮਦੇਵ, ਭਗਤ ਰਵਿਦਾਸ ਜੀ ਦੀ ਰਚਨਾ, ਉਹਨਾਂ ਦਾ ਲੇਖਕ ਦਾ ਨਾਂ ਨਹੀਂ ਮਿਟਾਇਆ ਜਾ ਰਿਹਾ, ਲਿਪੀ ਬਦਲੀ ਆ, ਗ੍ਰੈਮਰ ਵੀ ਆ, ਨੰਬਰ ਵੀ ਐਡ ਕੀਤੇ ਆ, ਲਿਪੀ ਵੀ ਚੇਂਜ ਕੀਤੀ ਆ। ਠੀਕ ਹੈ, ਫਿਰ ਦਸਵੇਂ ਪਾਤਸ਼ਾਹ ਨੇ ਇੱਦਾਂ ਕਿਉਂ ਕੀਤੀ ਆ ਜੇ ਉਹਨੇ ਅਲੱਥਾ ਕੀਤਾ? ਠੀਕ ਹੈ, ਜਾਂ ਤਾਂ ਇਹ ਇਹ ਹੋਵੇ ਵੀ ਗੁਰੂ ਸਾਹਿਬ ਨੇ ਵੀ ਇੱਦਾਂ ਕਰ ਲਿਆ ਵੀ ਰਚਨਾ ਉਹਨਾਂ ਦੀ ਸੀ, ਨਾਂ ਆਪਣਾ ਲਿਖ ਦਿੱਤਾ। ਹੁਣ ਉਹ ਪਹਿਲੇ ਪਾਤਸ਼ਾਹ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਤੱਕ ਤਾਂ ਨੌਵੇਂ ਪਾਤਸ਼ਾਹ ਤੱਕ ਉਹਨਾਂ ਦੀ ਰਚਨਾ ਦੇ ਪਿੱਛੇ ਨਾਨਕ ਆ ਰਿਹਾ ਆ। ਠੀਕ ਹੈ, ਹਨਾ, ਹੁਣ ਕਿਉਂਕਿ ਨਾਨਕ ਦੀ ਜੋਤ ਆ, ਅਸੀਂ ਕਹਿੰਦੇ ਇੱਕੋ ਵਿਚਾਰਧਾਰਾ ਆ, ਸਾਰਾ ਕੁਛ ਇੱਕ ਆ, ਗੁਰੂ ਗ੍ਰੰਥ ਸਾਹਿਬ ਵੀ ਇੱਕ ਜੋਤ ਆ, ਪਰ ਉਹਦੇ ਵਿੱਚ ਉਹਨੇ ਭਗਤਾਂ ਦੀ ਰਚਨਾ ਜਿਹੜੀ ਆ ਨਾ ਉਹਦੇ ਵਿੱਚ ਨਾਨਕ ਨਾਂ ਨਹੀਂ ਲਿਖਿਆ। ਨਹੀਂ ਨਾ, ਗੁਰੂਆਂ ਦੇ ਜਿੰਨੇ ਪਾਤਸ਼ਾਹ ਹੋਏ ਆ ਉਹਨਾਂ ਦੇ ਨਾਲ ਨਾਨਕ ਲਿਖ ਦਿੱਤਾ। ਠੀਕ ਹੈ, ਤੇ ਭਗਤਾਂ ਦਾ ਨਾਂ ਉਹੀ ਰੱਖਿਆ। ਬਿਲਕੁਲ, ਤੇ ਹੁਣ ਉਹ ਜਿਹੜੀ ਰਚਨਾ ਤ੍ਰਿਆ ਚਰਿੱਤਰ ਕਿਹਦੀ ਰਚਨਾ ਆ, ਨਾ ਉਹਦੇ ਅਖੀਰ ਚ ਨਾਂ ਆ ਰਿਹਾ ਆ ਤੇ ਨਾ ਉਹਦਾ ਟਾਈਟਲ ਉੱਤੇ ਆ ਰਿਹਾ ਆ। ਉਹ ਉਹ ਫਿਰ ਤੁਸੀਂ ਆਪੇ ਮੰਨੀ ਜਾਂਦੇ, ਮਸਕੀਨ ਵੀ ਕਹੀ ਜਾਂਦਾ ਆ, ਧੁੰਮਾ ਵੀ ਕਹੀ ਜਾਂਦਾ ਆ, ਤੇ ਹਿੰਦੂ ਗ੍ਰੰਥਾਂ ਦਾ ਅਲੱਥਾ ਆ। ਹੁਣ ਅਲੱਥਾ ਕਰਨੇ ਵਾਲਾ ਤੁਸੀਂ ਇਹ ਕਿੱਦਾਂ ਕਹਿ ਦਿੱਤਾ ਵੀ ਇਹ ਰਚਨਾ ਆਉਂਦੀ ਆ? ਸਵਾਲ ਇਹ ਅੱਗੇ ਵੀ ਕੀਤਾ ਸੀ ਅਸੀਂ, ਪਰ ਹੁਣ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਆਉਂਦੀ ਆ ਉਹਦੇ ਬਾਰੇ ਸਾਨੂੰ ਸਾਡੀ ਦਲੀਲ ਜਿਹੜੀ ਆ ਉਹ ਹੋਰ ਵੀ ਠੋਸ ਬਣ ਜਾਂਦੀ।